ਬੱਚਿਆਂ ਦੇ ਪੋਸ਼ਣ ਨਾਲ ਹੋ ਰਿਹਾ ਖਿਲਵਾੜ ਥੰਮਣ ਦਾ ਨਾਂ ਹੀ ਨਹੀਂ ਲੈ ਰਿਹਾ। ਅਜਿਹਾ ਹੀ ਮਾਮਲਾ ਤਰਨਤਾਰਨ ਦੇ ਪਿੰਡ ਉਸਮਾ ਵਿਖੇ ਬਾਲਵਾੜੀ ਸਕੂਲ ਵਿੱਚ ਮਾਸੂਮਾਂ ਨੂੰ ਸਾਫ਼ ਸੁਥਰਾ ਖਾਣਾ ਨਹੀਂ ਪਰੋਸਿਆ ਜਾ ਰਿਹਾ। ਗੌਰਤਲਬ ਹੈ ਕਿ ਜੋ ਖਾਣਾ ਬੱਚਿਆਂ ਨੂੰ ਇਸ ਸਕੂਲ ਵਿੱਚ ਪਰੋਸਿਆ ਜਾਂਦਾ ਉਸ ਕਿਸੇ ਦੇ ਘਰ ਵਿੱਚ ਨਹੀਂ ਬਣਾਇਆ ਜਾਂਦਾ ਅਤੇ ਇਸ ਸੰਬੰਧੀ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਕਰਮਚਾਰੀ ਨੂੰ ਸਿਰਫ ਰਾਸ਼ਨ ਦਿੰਦੇ ਨੇ, ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਉੱਧਰ ਸਹਾਇਕ ਕਮਿਸ਼ਨਰ PCS ਡਾਕਟਰ ਮਨਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸੰਬੰਧੀ ਤੁਰੰਤ ਨਿਰਦੇਸ਼ ਜਾਰੀ ਕਰ ਦਿੱਤੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਉਸਮਾ ਐਲੀਮੈਂਟਰੀ ਸਰਕਾਰੀ ਸਕੂਲ ਦੇ ਵਿੱਚ ਜੋ ਬਾਲਵਾੜੀ ਬੱਚਿਆਂ ਦਾ ਖਾਣਾ ਬਣਦਾ ਹੈ ਉਹਦੇ ਵਿੱਚ ਸੁੰਡੀਆਂ ਅਤੇ ਸੁਸਰੀ ਹੈ ਸਰ। ਬਹੁਤ ਹੀ ਖਾਣਾ ਜਿਹੜਾ ਬਹੁਤ ਹੀ ਮਾੜਾ ਹੈ। ਇਹ 2-3 ਦਿਨ ਤੋਂ ਬੱਚੇ ਸਾਡੇ ਬਿਮਾਰ ਨੇ, ਦਸਤ ਅਤੇ ਉਲਟੀਆਂ ਆ ਰਹੀਆਂ ਨੇ ਔਰ ਢਿੱਡ ਪੀੜ ਹੋ ਰਹੀ ਹੈ। ਬੱਚੇ ਰੋਈ ਜਾਂਦੇ ਅਤੇ ਅਸੀਂ ਦਵਾਈ ਲਿਆ ਰਹੇ ਹਾਂ। ਸਰ ਅੱਜ ਪਤਾ ਲੱਗਾ ਇਹਦੀ ਵਜ੍ਹਾ ਦਾ ਕਿ ਕਾਰਨ ਕੀ ਸੀ। ਜਦ ਖਾਣਾ ਡੱਬੀ ਘਰ ਗਈ ਹੈ ਔਰ ਮੇਰੀ ਵਾਈਫ ਖਾ ਰਹੀ ਸੀ, ਜਦ ਖਾਣ ਲੱਗੀ ਦੇ ਵਿੱਚ ਸੁੰਡੀਆਂ ਅਤੇ ਸੁਸਰੀ। ਸਰ ਸਰ ਸਾਨੂੰ ਪਹਿਲਾਂ ਨਹੀਂ ਪਤਾ, ਇਹ ਤਾਂ ਘਰੇ ਬੱਚਿਆਂ ਨੇ ਖੜਿਆ ਫਿਰ ਪਤਾ ਲੱਗਾ ਵਾ ਵੀ ਸੁੰਡੀਆਂ ਸੁਸਰੀਆਂ ਬਹੁਤ ਗੰਦਗੀ ਖਵਾ ਰਹੇ ਆ ਬੱਚੇ ਸਾਡੇ ਬਿਮਾਰ ਸੀ ਸਰ। ਸਾਨੂੰ ਪਤਾ ਨਹੀਂ, ਪਹਿਲਾਂ ਅਸੀਂ ਦਵਾਈ ਦੇਈ ਹੈ ਅਤੇ ਠੀਕ ਨਹੀਂ ਹੁੰਦੇ, ਅੱਜ ਸਾਨੂੰ ਪਤਾ ਲੱਗਾ ਵੀ ਆਹ ਕਾਰਨ ਹੈ। ਹਾਂਜੀ ਦਲੀਆ ਸਰ ਇੱਥੇ ਮੈਡਮ ਉਹ ਬੈਗ ਤੋਂ ਬਣਾ ਕੇ ਘੱਲਦੀ ਜਿਹੜੀ ਬੱਚੇ ਪੜ੍ਹਾਉਂਦੇ ਆ, ਨਹੀਂ ਇੱਥੇ ਨਹੀਂ ਬਣਾਉਂਦੇ ਸਰ। ਅਸੀਂ ਕਹਿੰਦੇ ਇੱਥੇ ਬਣਨਾ ਚਾਹੇ ਅਤੇ ਸਾਫ਼ ਸੁਥਰਾ ਮਿਲੇ ਖਾਣਾ ਬੱਚਿਆਂ ਨੂੰ। ਇਹ ਖਾਣਾ ਸਾਨੂੰ ਮਗਰੋਂ ਹੀ ਆਉਂਦਾ ਵਾ, ਜਿੱਦਾਂ ਇਹ ਅਸੀਂ ਦਿਲਾ ਕੇ ਰੱਖਿਆ ਵਾ। ਹੁਣ ਇਹ ਹੈਲਪਰ ਨੇ ਸਾਫ਼ ਕਰਕੇ ਬਣਾਉਣਾ ਸੀ ਅਤੇ ਉਹਨਾਂ ਨੇ ਬਣਾਇਆ, ਮੈਂ ਤਾਂ ਸਾਫ਼ ਸੁਥਰਾ ਹੀ ਖਾਣਾ ਫੜਾਇਆ। ਹਾਂ ਇਹ ਖਾਣਾ ਸਰ ਸਾਨੂੰ ਮਹੀਨਾ ਕੁ ਹੋਈ ਚੱਲਿਆ, ਮਤਲਬ ਸਰ ਅੱਗੇ ਅਸੀਂ ਪੰਜੀਰੀ ਦਿੰਦੇ ਰਹੇ ਹਾਂ, ਦਲੀਆ ਅੱਜ ਬਣਾਇਆ ਵਾ ਅਤੇ ਬੱਚੇ ਤਾਂ ਵੈਸੇ ਵੀ ਸਾਰਿਆਂ ਦੇ ਪਹਿਲਾਂ ਦੇ ਬਿਮਾਰ ਆਉਣ ਡੇ, ਅੱਜ ਤਾਂ ਇਹਨਾਂ ਨੇ ਵੈਸੇ ਕਿਹਾ ਤਾਂ ਦਲੀਆ ਦੇ ਨਾਂ ਲਾ ਦਿੱਤਾ। ਦੇਖਦੇ ਹਾਂ ਸਰ ਹੈਲਪ ਨੇ ਖਾਣਾ ਬਣਾਇਆ ਵਾ, ਖੁਦ ਉਹਨਾਂ ਦੇ ਬੱਚਿਆਂ ਨੇ ਵੀ ਖਾਧਾ, ਅਸੀਂ ਵੀ ਖਾਧਾ ਵਾ। ਔਰ ਹੁਣ ਉੱਥੇ ਦਲੀਏ ਦੇ ਵਿੱਚ ਕੀ ਪਤਾ ਲੱਗਦਾ, ਹੁਣ ਬੱਚੇ ਘਰ ਲੈ ਗਏ ਸੀ। ਹੁਣੇ ਮੇਰੇ ਧਿਆਨ ਵਿੱਚ ਲਿਆਂਦਾ ਕਿ ਇਹੋ ਜਿਹੀ ਕੋਈ ਗੱਲ ਹੈ ਜਿਹੜੀ ਆਂਗਨਵਾੜੀ ਸੈਂਟਰ ਦੇ ਵਿੱਚ ਹੋਈ ਹੈ, ਸੋ ਇਮੀਡੀਏਟਲੀ ਮੈਂ ਉਹਦੇ ਹੁਣੇ DO ਐਲੀਮੈਂਟਰੀ ਨੂੰ ਮਾਰ ਕਰਕੇ ਉਹਦੀ ਪੜਤਾਲ ਕਰਵਾਉਣਾ ਪਲੱਸ CDPO ਨੂੰ, ਔਰ ਜੋ ਵੀ ਇਹਦੇ 'ਤੇ ਕਾਰਵਾਈ ਹੈ ਉਹ ਕੀਤੀ ਜਾਏਗੀ ਜੀ। ਨਹੀਂ ਬਣਨਾ ਤਾਂ ਉੱਥੇ ਹੀ ਹੁੰਦਾ, ਬਾਕੀ ਮੈਂ ਚੈੱਕ ਕਰਵਾ ਲੈਂਦੀ ਹਾਂ ਜੀ ਇਹਦੇ 'ਤੇ ਕੀ ਕਿਉਂ ਘਰ ਬਣ ਰਿਹਾ ਖਾਣਾ। ਨਹੀਂ ਜੋ ਤੁਸੀਂ ਫੋਟੋਗ੍ਰਾਫ ਦਿਖਾਈ ਹੈ ਦੇਖੋ ਉਹਦੇ ਵਿੱਚ ਤਾਂ ਹੁਣ ਉਹ ਨਜ਼ਰ ਆ ਰਹੇ ਹੈ ਜੋ ਕੀੜੇ ਹੈਗੇ ਆ, ਬਾਕੀ ਉਹਦੀ ਉੱਥੇ ਜਾ ਕੇ ਮੌਕੇ 'ਤੇ ਪੜਤਾਲ ਕਰਵਾ ਲੈਂਦੇ ਹਾਂ।